ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਜਿਹੜੀ ਇੱਕ ਨਿਊਜ਼, ਕੱਲ੍ਹ ਦੀ ਨਿਊਜ਼ ਜਿਹੜੀ ਆਈ ਆ, ਉਹ ਨਿਊਜ਼ ਇਹ ਆ ਕਿ ਹੈ ਨਾ, ਕੋਵਿਡ ਨਾਲ ਰਿਲੇਟਡ ਨਿਊਜ਼ ਆ। ਕੋਵਿਡ ਦੀ ਹੈ ਨਾ ਵੈਕਸੀਨ ਆ, ਉਹ ਜਿਹੜੀ ਉਹ ਬਣਾ ਲਈ ਆ ਕਈਆਂ ਕੰਟਰੀਆਂ ਨੇ। ਅਤੇ ਸਭ ਤੋਂ ਪਹਿਲਾਂ ਇਹ ਜਿਹੜੀ ਵੈਕਸੀਨ ਆ, ਇਹ ਇੰਗਲੈਂਡ ਦੇ ਵਿੱਚ ਯੂਜ਼ ਹੋਣ ਡਈ ਆ। 8 ਤਰੀਕ ਤੋਂ ਇੰਗਲੈਂਡ ਵਿੱਚ ਸ਼ੁਰੂ ਕਰ ਦਿੱਤੀ ਆ ਇਹ ਵੈਕਸੀਨ ਦੇਣੀ ਸ਼ੁਰੂ ਕਰ ਦਿੱਤੀ ਆ। ਅਤੇ ਸਭ ਤੋਂ ਪਹਿਲਾਂ ਇਹ ਜਿਹੜੀ ਵੈਕਸੀਨ ਆ, ਇਹ 90 ਸਾਲ ਦੀ ਇੱਕ ਜਿਹੜੀ ਲੇਡੀਜ਼ ਆ, ਅਤੇ ਉਹਨਾਂ ਨੂੰ ਦਿੱਤੀ ਗਈ ਆ। ਅਤੇ ਉਹ ਇੰਗਲੈਂਡ ਦੀ ਆ ਰਹਿਣ ਵਾਲੀ, ਅਤੇ ਥੋੜ੍ਹੇ ਦਿਨ ਬਾਅਦ 'ਚ ਉਹਦਾ ਬਰਥਡੇ ਵੀ ਆ। ਅਤੇ ਉਹ ਇਹ ਜਿਹੜੀ ਵੈਕਸੀਨ ਆ ਉਹਦੇ ਤੋਂ ਉਹਨਾਂ ਤੋਂ ਸ਼ੁਰੂ ਕੀਤੀ ਗਈ, ਤਾਂ ਉਹਨਾਂ ਨੂੰ ਉਸ ਬੇਬੇ ਨੂੰ 90 ਸਾਲ ਦੀ ਬੇਬੇ ਨੂੰ ਇਹ ਵੈਕਸੀਨ ਜਿਹੜੀ ਆ ਦਿੱਤੀ ਗਈ ਆ। ਲੇਡੀ ਆ ਇਹ, ਦੁਨੀਆ ਦੀ ਸਭ ਤੋਂ ਪਹਿਲੀ ਔਰਤ ਆ ਜਿਹਨੂੰ ਇਹ ਟੀਕਾ ਲੱਗ ਰਿਹਾ ਵਾ। 80 ਸਾਲ ਦੀ ਉਮਰ ਤੋਂ ਉੱਪਰ ਵਾਲੀ ਜਿਹੜੀ ਇਹ ਪਹਿਲੀ ਔਰਤ ਆ ਜਿਹਨੂੰ ਇਹ ਟੀਕਾ ਲੱਗ ਰਿਹਾ। ਅਤੇ ਉਹ ਕਹਿੰਦੀ ਹੈ ਕਿ ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਕਿ ਮੈਨੂੰ ਇਹ ਟੀਕਾ ਲੱਗ ਰਿਹਾ। ਅਤੇ ਇਹ ਟੀਕਾ ਜਿਹੜੀ ਕੰਪਨੀ ਨੇ ਬਣਾਇਆ, ਇਹ ਦੋ ਕੰਪਨੀਆਂ ਨੇ, ਫਾਈਜ਼ਰ ਅਤੇ ਬਾਇਓਟੈਕ, ਇਹ ਦੋ ਕੰਪਨੀਆਂ ਨੇ ਜਿਨ੍ਹਾਂ ਨੇ ਇਹ ਟੀਕਾ ਬਣਾਇਆ। ਅਤੇ ਇਹਨਾਂ ਦੋ ਕੰਪਨੀਆਂ ਦਾ ਟੀਕਾ ਹੀ ਲੱਗੂਗਾ। ਤਕਰੀਬਨ ਬਹੁਤ ਕੰਟਰੀਆਂ ਵੱਲੋਂ ਇਹਨਾਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਗਈ ਆ। ਅਤੇ ਇਹਦੀਆਂ ਦੋ ਖੁਰਾਕਾਂ ਜਿਹੜੀਆਂ ਉਹ ਲੱਗਣਗੀਆਂ, ਦੋ ਵਾਰੀ ਕਰਕੇ ਟੀਕਾ ਲੱਗੂਗਾ। ਅਤੇ ਉਹ ਤੋਂ ਬਾਅਦ 'ਚ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਇਹ ਹੈਗਾ ਜਿਹੜੀ ਬਿਮਾਰੀ, ਉਹ ਤੋਂ ਬੰਦੇ ਨੂੰ ਛੁਟਕਾਰਾ ਮਿਲ ਜੂਗਾ। ਅਤੇ ਉਹ ਇਹ ਜਿਹੜਾ ਹੁਣ ਟੀਕਾ ਵਾ, ਇਹ ਇੰਗਲੈਂਡ ਵਿੱਚ ਸ਼ੁਰੂ ਹੋ ਗਿਆ। ਉਹ ਤੋਂ ਬਾਅਦ 'ਚ ਬਹਿਰੀਨ ਨੇ ਵੀ ਕਿਹਾ ਕਿ ਸਾਡੇ ਕੰਟਰੀ ਵਿੱਚ ਵੀ ਇਹ ਟੀਕਾ ਲਾਇਆ ਜਾਵੇ। ਬਹਿਰੀਨ ਜਿਹੜਾ ਅਰਬ ਕੰਟਰੀ ਆ, ਅਤੇ ਇੰਗਲੈਂਡ ਤੋਂ ਬਾਅਦ 'ਚ ਉੱਥੇ ਵੀ ਇਹ ਜਿਹੜਾ ਨਾ ਟੀਕਾ ਇਹ ਲਗਾਇਆ ਜਾਊਗਾ। ਅਤੇ ਇੰਗਲੈਂਡ ਨੇ ਇੰਡੀਆ ਨੂੰ ਵੀ ਕਿਹਾ ਵਾ ਕਿ ਇਹ ਜਿਹੜਾ ਤੁਸੀਂ ਹੈ ਨਾ ਟੀਕਾ ਲਗਵਾਓ। ਬਟ ਇੰਡੀਆ ਦੇ ਵਿੱਚ ਬਹੁਤ ਸਾਰੇ ਸਾਇੰਟਿਸਟ ਆ, ਉਹਨਾਂ ਨੇ ਕਿਹਾ ਕਿ ਅਸੀਂ ਆਪ ਤਾਂ ਖੁਦ ਟੀਕਾ ਤਿਆਰ ਕਰਾਂਗੇ, ਕਿਉਂਕਿ ਇਹ ਟੀਕੇ ਨੂੰ ਜਿਹੜਾ ਨਾ ਕਿ ਬਹੁਤ ਮਾਈਨਸ ਟੈਂਪਰੇਚਰ ਵਿੱਚ ਰੱਖਣਾ ਪੈਣਾ, ਅਤੇ ਇੰਡੀਆ ਕੋਲ ਇੰਨਾ ਹੈ ਨਹੀਂ ਆ, ਪ੍ਰਬੰਧ ਹੈ ਨਹੀਂ ਇਹਨੂੰ ਇੰਜੈਕਸ਼ਨ ਨੂੰ ਜਿਹੜਾ ਰੱਖਣ ਵਾਸਤੇ। ਇਸ ਕਰਕੇ ਉਹ ਆਪ ਦਾ ਟੀਕਾ ਇੰਡੀਆ ਰੈਡੀ ਕਰੂਗਾ, ਤਿਆਰ ਕਰੂਗਾ, ਅਤੇ ਉਹੀ ਇੰਡੀਆ ਵਿੱਚ ਵਰਤਿਆ ਜਾਊਗਾ। ਅਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਇਹ ਜਿਹੜਾ ਟੀਕਾ ਇੰਗਲੈਂਡ ਦੇ ਵਿੱਚ ਲੱਗ ਰਿਹਾ, ਇਹ ਟੀਕਾ ਬਿਲਕੁਲ ਫਰੀ ਆ, ਠੀਕ ਆ ਜੀ। ਅਤੇ ਇਹ ਟੀਕਾ ਕਿਸੇ ਨੂੰ ਇੱਦਾਂ ਨਹੀਂ ਆ ਕਿ ਕਿਸੇ ਦੇ ਵੀ ਉਹਨੂੰ ਧੱਕੇ ਨਾਲ ਲਾਇਆ ਜਾ ਰਿਹਾ ਜਾਂ ਇੱਦਾਂ, ਕੁਛ ਵੀ ਨਹੀਂ ਆ। ਜੇ ਕਿਸੇ ਦਾ ਦਿਲ ਕਰਦਾ ਤਾਂ ਉਹ ਲਵਾ ਸਕਦਾ, ਜੇ ਨਹੀਂ ਕਰਦਾ ਤਾਂ ਉਹ ਨਹੀਂ ਲਵਾ ਸਕਦਾ। ਫਰੀ ਆਫ ਕੋਸਟ ਇਹ ਟੀਕਾ ਵਾ, ਇੰਜੈਕਸ਼ਨ ਵਾ। ਅਤੇ ਇਹਦੇ ਇਹ ਤੋਂ ਬਾਅਦ 'ਚ ਫਿਰ ਜਨਵਰੀ ਦੇ ਵਿੱਚ ਹੋ ਸਕਦਾ ਯੂਰਪ ਦੇ ਹੋਰ ਕੰਟਰੀਆਂ ਦੇ ਵਿੱਚ ਵੀ ਟੀਕਾ ਲਗਾਇਆ ਜਾਵੇ। ਅਤੇ ਹੋ ਸਕਦਾ ਕਿ ਪੁਰਤਗਾਲ ਵਿੱਚ ਵੀ ਇਹ ਟੀਕਾ ਲਗਵਾਇਆ ਜਾਵੇ, ਅਤੇ ਬਾਕੀ ਹੋਰ ਕੰਟਰੀਆਂ ਵਿੱਚ ਵੀ ਲਗਵਾਇਆ ਜਾਵੇ। ਅਤੇ ਮਾਰਚ ਦੇ ਵਿੱਚ ਵੀ ਰਵਾਨੀਆਂ ਦੀ ਵਾਰੀ ਆਊਗੀ, ਅਤੇ ਰਵਾਨੀਆਂ ਵਿੱਚ ਵੀ ਮਾਰਚ ਵਿੱਚ ਇਹ ਟੀਕਾ ਲੱਗੂਗਾ। ਸੋ ਇਹ ਇੱਕ ਬੜੀ ਖੁਸ਼ੀ ਦੀ ਗੱਲ ਆ ਕਿ ਟੀਕਾ ਇੰਜੈਕਸ਼ਨ ਲੱਗ ਰਿਹਾ, ਅਤੇ ਬਾਕੀ ਪਤਾ ਲੱਗੂਗਾ ਇਹਦਾ ਵੀ, ਇਹਦਾ ਜਿਹੜਾ ਅਸਰ ਆ ਉਹ ਕਿੰਨਾ ਕੁ ਹੁੰਦਾ ਵਾ, ਕਿੰਨਾ ਕੁ ਟੀਕਾ ਫਾਇਦੇਮੰਦ ਹੁੰਦਾ ਵਾ। ਸੋ ਇਹ ਜਿਹੜੀ ਨਿਊਜ਼ ਸੀ, ਇਹ ਮੈਨੂੰ ਲੱਗਦਾ ਸੀ ਕਿ ਤੁਹਾਨੂੰ ਨਾ ਜ਼ਰੂਰੀ ਦੱਸਣੀ ਚਾਹੀਦੀ ਆ, ਇੰਪੋਰਟੈਂਟ ਨਿਊਜ਼ ਆ, ਅਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ। ਅਤੇ ਬਾਕੀ ਇੱਦਾਂ ਦੀਆਂ ਹੋਰ ਨਿਊਜ਼ ਜਿੱਦਾਂ ਵੀ ਆਉਣਗੀਆਂ ਅਤੇ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗਾ। ਮਾਨੀਆਂ ਵਿੱਚ ਕਦੋਂ ਤੋਂ ਸਟਾਰਟ ਹੁੰਦਾ ਇਹ ਟੀਕਾ, ਜਾਂ ਜਿਸ ਵੀ ਕੰਟਰੀ 'ਚ ਜਿੱਦਾਂ ਜਿੱਦਾਂ ਸਟਾਰਟ ਹੁੰਦਾ ਵਾ, ਤਾਂ ਮੈਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਦਿੰਦਾ ਰਹੂੰਗਾ। ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।